नगर कौंसल जो रिजर्व ऐलानी गई सी आखिरकार लंबे इंतजार तो बाद अज खन्ना नगर कौंसल दे नवे प्रधान दी चोण कमलजीत सिंह लद्दड़ दे वजो हो गई है। कमलजीत सिंह लद्दड़ जो खन्ना दे वार्ड नंबर 28 तो कौंसलर हन, उन्हां नूं हुण खन्ना नगर कौंसल दे प्रधान वजो वागडोर संभालण दा मौका मिलिया है। उत्थे उप प्रधान वजो जतिंदर पाठक दी चोण भी कीती गई ते इस मौके प्रधान अते उप प्रधान ने कहा है कि ਉਹ ਧੰਨਵਾਦੀ ਹਨ MLA ਗੁਰਕੀਰਤ ਸਿੰਘ ਕੋਟਲੀ ਦੇ। ਉਹਨਾਂ ਕਿਹਾ ਕਿ ਸ਼ਹਿਰ ਦੇ ਜੋ ਅਧੂਰੇ ਪਏ ਕੰਮ ਹਨ ਉਹਨਾਂ ਨੂੰ ਜਲਦ ਤੋਂ ਜਲਦ ਨਪੇਰੇ ਚਾੜਿਆ ਜਾਵੇਗਾ। ਮੈਂ ਬਹੁਤ ਧੰਨਵਾਦ ਕਰਦਾ ਕਾਂਗਰਸ ਪਾਰਟੀ ਦੇ ਜਨਰਲ ਸਾਡੇ ਆਈ ਸੰਜੇ ਤਲਵਾਰ ਜੀ ਦਾ, ਸਾਡੇ MLA ਸਾਹਿਬ ਸਰਦਾਰ ਗੁਰਕੀਰਤ ਸਿੰਘ ਕੋਟਲੀ ਜੀ ਦਾ ਅਤੇ ਮੇਰੇ ਸਾਰੇ ਕੌਂਸਲਰ ਸਾਥੀਆਂ ਦਾ ਜਿਨ੍ਹਾਂ ਨੇ ਮੈਨੂੰ ਸਮਰਥਨ ਦੇ ਕੇ ਨਗਰ ਕੌਂਸਲ ਖੰਨਾ ਦਾ ਪ੍ਰਧਾਨ। ਅੱਛਾ, ਕਦੇ ਸੋਚਿਆ ਸੀ ਜਿਹੜੀ ਹੈ ਇਹ ਨਗਰ ਕੌਂਸਲ ਦੀ ਪ੍ਰਧਾਨਗੀ ਤੁਹਾਡੇ ਹੱਥ 'ਚ ਆਊ? ਇਹ ਕਦੇ ਸੁਪਨੇ 'ਚ ਨਹੀਂ ਸੀ ਸੋਚਿਆ ਜੀ। ਉਹ ਜਿਵੇਂ ਕਹਿ ਲੈ, ਚਲੋ ਪਰਮਾਤਮਾ ਜੀ ਨੂੰ ਦਿੰਦਾ ਛੱਪੜ ਫਾੜ ਕੇ ਦਿੰਦਾ ਜਿਵੇਂ ਕਹਿੰਦੇ ਆ ਉਹ ਆ ਜੀ। ਚਲੋ, ਜਿਹੜਾ ਤੁਹਾਨੂੰ ਛੱਪੜ ਫਾੜ ਕੇ ਮਿਲਿਆ, ਹੁਣ ਤੁਸੀਂ ਸ਼ਹਿਰ ਵਾਸਤੇ ਕਿਹੜੇ ਕਿਹੜੇ ਕੰਮਾਂ ਨੂੰ ਉਧਾਰ ਦੇ ਬਦਲ? ਦੇਖੋ ਜੀ, ਜਿਹੜੇ ਵੀ ਸ਼ਹਿਰ ਦੇ ਆਪਣੇ ਮੇਨ ਕੰਮ ਹੋਣੇ ਵਾਲੇ ਆ ਉਹਨਾਂ ਨੂੰ ਅਸੀਂ ਸਾਰੇ ਟੀਮ ਵਰਕ ਨਾਲ ਇਕੱਠੇ ਹੋ ਕੇ ਉਹਨੂੰ ਨਿਪਰੇ ਚਾੜਾਂਗੇ ਜੀ। ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰ ਰਿਹਾ। ਮੈਂ ਸੋਚ ਵੀ ਨਹੀਂ ਸੀ ਸਕਦਾ ਵੀ ਅੱਜ ਮੈਨੂੰ ਨਗਰ ਕੌਂਸਲ ਖੰਨਾ ਦੀ ਸੀਟ 'ਤੇ ਅੱਜ ਬੈਠਣ ਦਾ ਮੈਨੂੰ ਮੌਕਾ ਮਿਲੂਗਾ। ਮੈਂ ਕਦੇ ਵੀ ਸੋਚ ਨਹੀਂ ਸੀ ਸਕਦਾ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਸਾਡੇ ਕੈਬਨਿਟ ਸਾਬਕਾ ਕੈਬਨਿਟ ਮੰਤਰੀ ਸਰਦਾਰ ਤੇਜ ਪ੍ਰਕਾਸ਼ ਜੀ ਦਾ, ਸਾਡੇ MLA ਸਾਹਿਬ ਸਰਦਾਰ ਗੁਰਕੀਰਤ ਸਿੰਘ ਜੀ ਦਾ, ਖਾਸ ਕਰਕੇ ਵਿਸ਼ੇਸ਼ ਤੌਰ 'ਤੇ ਸਾਡੇ ਜਿਹੜੇ ਓਬਜ਼ਰਵਰ ਨੇ ਕਾਂਗਰਸ ਪਾਰਟੀ ਦੇ MLA ਸੰਜੇ ਤਲਵਾਰ ਜੀ ਦਾ ਔਰ ਰੁਪਿੰਦਰ ਸਿੰਘ ਰਾਜਾਗਿੱਲ ਜੀ ਦਾ, ਔਰ ਮੈਂ ਸਾਰੀ ਆਪਣੀ ਜਿਹੜੀ ਆ ਮੇਰੀ ਟੀਮ ਨਗਰ ਕੌਂਸਲ ਦੀ ਟੀਮ ਬਣ ਕੇ ਆਈ ਹੈ ਨਵੀਂ ਚੁਣੀ ਹੋਈ, ਉਹਨਾਂ ਸਾਰਿਆਂ ਦਾ ਔਰ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਬਹੁਤ ਧੰਨਵਾਦ ਕਰਦਾ। ਮੇਰੇ ਕੋਲ ਅੱਜ ਕੋਈ ਐਸਾ ਸ਼ਬਦ ਨਹੀਂ ਹੈਗਾ ਵੀ ਮੈਂ ਆਪਣੀ ਪਾਰਟੀ ਹਾਈਕਮਾਂਡ ਦਾ ਮੈਂ ਕਿਵੇਂ ਧੰਨਵਾਦ ਕਰਾਂ, ਔਰ ਬਾਕੀ ਮੇਰੇ ਕੋਲ ਕੋਈ ਸ਼ਬਦ ਨਹੀਂ।